ਨਹੀਂ ਰਹੀ ਬੰਦੇ ਕਾ ਤੋਂ ਸਾਰਾ ਕੁਝ ਚੇਤੇ ਰੱਖੀਏ ਵੀ ਆ ਜਨਾਨੀ ਦਾ ਜਨਮ ਦਿਨ ਕਦੋਂ ਆ, ਆ ਮੈਰਨਵਰਸਰੀ ਕਦੋਂ ਆ, ਸਾਲਾ ਅੰਗੇਜਮੈਂਟ ਵਾਲਾ ਦਿਨ ਕਦੋਂ ਆਉਣਾ ਵਾ, ਅਸੀਂ ਕਾਹਤੋਂ ਚੇਤੇ ਰੱਖੀਏ? ਤੁਹਾਨੂੰ ਕੀ ਬਿਮਾਰੀ, ਤੁਸੀਂ ਕਿਉਂ ਨਹੀਂ ਚੇਤੇ ਰੱਖਦੀਆਂ? ਇਹ ਬੰਦੇ ਦੀ ਰਿਸਪੋਨਸਿਬਿਲਟੀ ਹੁੰਦੀ ਹੈ ਇਹ ਦਿਨ ਯਾਦ ਰੱਖਣ, ਕਿਉਂ ਸਾਡੀ ਕਾਹਦੀ ਰਿਸਪੋਨਸਿਬਿਲਟੀ ਹੁੰਦੀ ਆ, ਤਨਖਾਹ ਹੁੰਦੀ ਸਾਨੂੰ ਚੇਤੇ ਰੱਖਣ ਦੀ, ਮਰਦਮਸ਼ੁਮਾਰੀ ਵਾਲੇ ਅਸੀਂ ਜੰਤਰੀਆਂ ਬਣਾਉਂਦੇ ਹਾਂ ਕਿ ਸਾਰੇ ਦਿਨ ਦੇਖ ਲੈ ਕੇ ਅਸੀਂ ਚੇਤੇ ਰੱਖਣੇ ਕਿਹੜਾ ਕਦੋਂ ਆਉਣਾ ਕਿਹੜਾ ਕਦੋਂ ਆਉਣਾ, ਤੁਸੀਂ ਰੱਖ ਲਿਆ ਕਰੋ ਹਾਂ ਚੇਤੇ ਵੀ ਜਨਮ ਦਿਨ ਕਦੋਂ ਸਾਡਾ, ਤੁਹਾਡਾ ਨਹੀਂ ਦਿਮਾਗ ਕੰਮ ਕਰਦਾ, ਤੁਹਾਡੇ ਦਿਮਾਗ ਨੂੰ ਬੱਤੀਆਂ ਲੱਗਦੀਆਂ ਵਾ, ਇਹ ਸਾਲਾ ਇਹ ਸਾਰਾ ਕਲੇਸ਼ ਸਾਨੂੰ ਲਾ ਛੱਡਦੀਆਂ ਜੇ, ਇਹ ਤਾਂ ਸਾਲਾ ਪਿਆਰ ਹੀ ਨਹੀਂ ਸਾਰੀ ਜ਼ਿੰਦਗੀ ਪੂਰਾ ਹੁੰਦਾ ਤੁਹਾਡਾ, ਸੱਤ ਸੱਤ ਜਵਾਕ ਜੰਮ ਲੈਂਦੀਆਂ, ਇਹ ਸਾਲਾ ਪਿਆਰ ਹੀ ਚੜਿਆ ਰਹਿੰਦਾ ਸਾਰੀ ਉਮਰ ਤੁਹਾਡਾ, ਪਿਆਰ ਹੀ ਨਹੀਂ ਪੂਰਾ ਹੁੰਦਾ ਤੁਹਾਡਾ, ਇਹ ਕੋਈ ਪਿਆਰ ਪਿਊਰ ਨਹੀਂ ਹੁੰਦਾ, ਇਹ ਸਭ ਕੋ ਤਕਲੇਸ਼ ਪਾਉਣ ਦੇ ਬਹਾਨੇ ਤੁਹਾਡੇ, ਵੀ ਆਹ ਦਿਨ ਆਉਣਗੇ ਇਹ ਭੁੱਲਣਗੇ ਅਤੇ ਅਸੀਂ ਰੱਜ ਕੇ ਬਸ ਕਲੇਸ਼ ਕਰਾਂਗੇ, ਲੜਾਈ ਪਾਵਾਂਗੇ, ਬੂਥੇ ਬਣਾਵਾਂਗੀਆਂ ਅਤੇ ਬੈਠੀਆਂ ਰਵਾਂਗੀਆਂ, ਗੱਲਾਂ ਮਾਰਨ ਦੇ ਹੀ ਮੇਰੇ ਨਾਲ ਦਿਮਾਗ ਸਾਡਾ ਸਾਰਾ ਤੁਸੀਂ ਚੜ ਜਾਂਦੀਆਂ ਜੇ, ਯਾਦ ਸਾਲਾ ਉਹਨੂੰ ਛਣਕਣਾ ਰਹਿਣਾ ਕੋਈ, ਯਾਦ ਰੱਖਣਾ ਇੱਥੇ ਇਹ ਸਭ ਲਊ ਪੀਣ ਦੇ ਬਹਾਨੇ ਤੁਹਾਡੇ, ਮੈਂ ਤਾਂ ਦੱਸ ਇੱਥੇ ਨਹੀਂ ਹੈਗਾ ਕੋਈ ਪੈਸਾ, ਆਪਣਾ ਅਲਮਾਰੀ ਖੋਲੀ ਜਾ, ਮੈਂ ਵੇਖਿਆ ਇੱਥੇ 500 ਰੁਪਇਆ ਉਹ ਮੇਰਾ ਹੀ ਆ, ਲੈ ਤੇਰਾ ਕਿੱਥੋਂ ਆ, ਤੇਰਾ ਇੱਥੇ ਤੂੰ ਘਰੇ ਬਣਾਇਆ ਸੀ, ਗੱਲਾਂ ਮਾਰਨ ਦੇ ਹੀ ਐਵੇਂ ਅਲਮਾਰੀਆਂ ਖੋਲੀ ਜਾਨੀ, ਸਾਲਾ ਮਾੜੇ ਚੋਰ ਵਰਗਾ ਤੇਰਾ ਮੂੰਹ ਹੋ ਗਿਆ, ਇੱਥੇ ਘਰੇ ਫੋਲਾ ਫੁਲਾਈ ਕਰੀ ਜਾਨੀ, ਐਵੇਂ ਗੱਲਾਂ ਨਾ ਮਾਰੋ, 500 ਰੁਪਏ ਦੋ ਮੇਰਾ, ਐਵੇਂ 500 ਰੁਪਇਆ ਦੋ, ਸਾਲਾ ਕੇਸ ਪਾ ਦੇਣਾ ਮੈਂ ਤੇਰੇ ਤੇ ਘਰੇ ਹੀ, ਉੱਧਰ ਲੁੱਟਾਂ ਹੋਵਾਂ ਕਰਨ ਦਾ ਤੇਰੇ ਤੇ ਕੇਸ ਪਾ ਦੇਣਾ, ਉੱਧਰੋਂ ਨੁੱਕਰ ਫੋਲਦੀ ਉੱਧਰੋਂ ਨੁੱਕਰ ਫੋਲਦੀ, ਕਰਨ ਆ ਗਈ 500 ਰੁਪਈਏ, ਹੇਅਰ ਕਲਰ ਨੂੰ ਲਿਆਉਣਾ ਇੱਥੇ ਤੂੰ, ਕਹਿੰਦਾ ਝਾਟਾ ਰੰਗਣ ਬਹਿ ਜਾਂਦੀਆਂ ਜੇ ਦੂਜੇ ਕੁ ਦਿਨ, ਲਾਇਆ ਤਾਂ ਹੈਗਾ ਸੀ ਪਿਛਲੇ ਹਫ਼ਤੇ, ਲੱਥ ਜਾਂਦਾ ਪੱਕਾ ਹੀ, ਫਿਰ ਏਸ਼ੀਅਨ ਪੇਂਟ ਕਰਾ ਦਿੰਦੇ ਤੇਰੇ ਸਿਰ 'ਚ, ਲੱਥੇ ਹੀ ਨਾ ਖੜਾ, ਜਾਂ ਫਿਰ ਉਸ ਤਰ੍ਹਾਂ ਫਰਾ ਦਿੰਦੇ ਕੰਮ ਹੀ ਮੁਕਾ, ਉਹਦੇ ਨਾਲ ਚੱਲ ਚਿੱਬੀ ਜੀ ਨਾ, ਆਹੋ ਵੀ ਵਿਹਲੀ ਤੂੰ ਵੀ ਵਿਹਲੀ, ਤੁਰ ਪੈਂਦੀਆਂ ਬਾਜ਼ਾਰ ਨੂੰ ਮੂੰਹ ਕੱਢ ਕੇ, ਹਾਂ ਹਾਂ ਦੁੱਧ ਵਾਲੇ ਪੈਸੇ ਨਾ ਛੱਡੀ, ਹਾਂ ਰੱਖਦੇ ਇੱਥੇ ਬੰਦਿਆਂ ਨੂੰ, ਹਲਾ ਐਵੇਂ ਫੋਲੀ ਜਾਣੀ ਨੁਕਰਾਂ, ਵਿਆਹ ਤੋਂ ਪਹਿਲਾਂ ਜੇਬ ਕਦਰੀ ਰਹੀ ਤੂੰ, ਹਾਂ ਕੀ ਕਹਿਣ ਦੀ ਹਾਂ, ਮੈਂ ਸੋਚਣ ਡੀ ਸੀ ਜੇ ਭਲਾ ਸਾਡਾ ਵਿਆਹ ਨਾ ਹੁੰਦਾ ਤੇ ਫਿਰ ਕੀ ਹੁੰਦਾ, ਹੋਰ ਤੇ ਪਤਾ ਨੀ ਕੀ ਹੁੰਦਾ, ਪਰ ਮੈਂ ਬੜਾ ਸੌਖਾ ਹੁੰਦਾ, ਚੱਲ ਜਾ ਮੇਰੇ ਲਾਗੋ, ਆ ਵੇਲਣਾ ਨਾ ਖਾਣੀ ਨਾ ਸਾਦੇ, ਮੈਨੂੰ ਇੱਕ ਗੱਲ ਦੱਸੋ, ਹਾਂ ਜਦੋਂ ਤੁਸੀਂ ਮੈਨੂੰ ਮੇਰੇ ਪੇਕੇ ਛੱਡ ਕੇ ਆਉਂਦੇ ਤੁਹਾਨੂੰ ਕਿੱਦਾਂ ਦਾ ਲੱਗਦਾ, ਯਾਰ ਵੇਖ ਤੁਹਾਨੂੰ ਕੁੜੀਆਂ ਨੂੰ ਵੀ ਚਾਹ ਹੁੰਦਾ ਆਪਣੇ ਪੇਕੇ ਘਰ ਜਾਣ ਦਾ, ਤੇ ਮੈਂ ਜਦੋਂ ਤੈਨੂੰ ਤੇਰੇ ਪੇਕੇ ਛੱਡ ਕੇ ਆਉਂਦਾ ਨਾ, ਮੇਰੇ ਦਿਲ ਤੋਂ ਤੇ ਇੱਕ ਬੋਝ ਜਿਹਾ ਹਲਕਾ ਹੋ ਜਾਂਦਾ, ਮੈਨੂੰ ਤੇ ਐਂ ਲੱਗਦਾ ਜਿੱਦਾਂ ਮੈਂ ਕੋਈ ਲਾਸ਼ ਟਿਕਾਣੇ ਲਾ ਕੇ ਆਇਆ, ਕੀ ਬਕਵਾਸ ਹੈ, ਹੈਲੋ, ਹਾਂਜੀ, ਆਜ ਹਮ ਆਪਕੋ ਏਕ ਹਿੰਦੀ ਮੇ ਸ਼ੇਰ ਸੁਣਾਏਂਗੇ, ਅੱਛਾ ਸੁਣਾਓ ਫਿਰ, ਲਓ ਸੁਣੋ ਫਿਰ ਹਿੰਦੀ ਮੇ ਸ਼ੇਰ, ਮੈਨੇ ਤੇਰਾ ਦਿਲ ਲਿਆ ਤੂਨੇ ਮੇਰਾ ਦਿਲ ਲਿਆ, ਵਾਹ ਜੀ ਵਾਹ ਕਿਆ ਬਾਤ ਹੈ, ਮੈਨੇ ਤੇਰਾ ਦਿਲ ਲਿਆ ਤੂਨੇ ਮੇਰਾ ਦਿਲ ਲਿਆ, ਕਿਆ ਦੁਸ਼ਮਨੀ ਥੀ ਮੇਰੇ ਸਾਥ, ਮੇਰੀ ਜ਼ਿੰਦਗੀ ਕਾ ਬੇੜਾ ਗਰਕ ਕਿਉਂ ਕੀਆ, ਲਓ ਵੀ ਅੱਖਾਂ ਠੰਡੀਆਂ ਕਰਨ ਵਾਲਾ ਯੰਤਰ, ਇਹਨੂੰ ਕਹਿੰਦੇ ਠੰਡੀਆਂ ਐਨਕਾਂ, ਆਹ ਇਹ ਪਹਿਲੀ ਵਾਰੀ ਲੱਗਾ ਮੇਰੀ ਅੱਖਾਂ, ਇਹ ਤਾਂ ਭਾਜੀ ਨਜ਼ਾਰੇ ਬੰਨ ਤੇ ਆਏ ਤੇ, ਓ ਹੋ 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 ਹੋ, ਜ਼ਿਆਦਾ ਹੋ ਗਿਆ ਜੀ, ਰਿਲੈਕਸ, ਬੜੀ ਬੁਲਾ ਆਏ ਠੰਡੀਆਂ ਐਨਕਾਂ, ਉਹ ਮੈਨੂੰ ਨੀ ਪਤਾ ਇਹਨੂੰ ਕੀ ਕਹਿੰਦੇ, ਪਰ ਮੈਂ ਆਪਣੇ ਕੋਲੋਂ ਨਾਂ ਦੇ ਦਿੱਤਾ ਇਹਨੂੰ, ਕੀ ਕਹਿੰਦੇ ਭਾਜੀ ਇਹਨੂੰ, ਓਦਾਂ ਚਲੋ ਯਾਰ ਭਾਜੀ,
ਇਹਨੂੰ ਜੈੱਲ ਕੋਈ ਆਉਂਦੇ ਆ ਇੱਦਾਂ, ਮਤਲਬ ਅੱਖਾਂ ਰਿਲੈਕਸ ਕਰਨ ਵਾਸਤੇ ਜੇ ਸੋ ਸਾਜ ਪੈ ਜੇ, ਪਰ ਇਹਨੂੰ ਮੈਂ ਵਾਈਟ ਸਿੰਕ ਲੈਣ ਨਾ ਦੇ ਦਿੱਤਾ ਇਹਨੂੰ, ਵੀ ਠੰਡੀਆਂ ਐਨਕਾਂ, ਠੰਡਾ ਯੰਤਰ, ਅੱਖਾਂ ਠੰਡੀਆਂ ਕਰਨ ਵਾਲਾ ਯੰਤਰ।